ਸਾਲ ਹੋਇਆ ਲੋਕ ਕੀ ਕਹਿੰਦੇ ਆ ਮੂਸੇਵਾਲੇ ਦੀ ਮਾਂ ਨੇ ਕੀ ਕਿਹਾ ਮੂਸੇਵਾਲੇ ਦੇ ਫਾਦਰ ਨੇ ਕੀ ਕਿਹਾ ਕਿ ਪੰਜਾਬ ਸਰਕਾਰ ਨੇ ਸਾਡਾ ਮੁੰਡਾ ਮਰਵਾਤਾ ਫੇਰ ਤਾਂ ਹੈ ਕਿ ਇੰਨੀ ਨਾ ਐਨਆਈਏ ਲਾਉਣੀ ਚਾਹੀਦੀ ਸੀ ਨਾ ਸੀਬੀਆਈ ਲੱਗਣੀ ਚਾਹੀਦੀ ਸੀ ਨਾ ਸਿੱਟਾ ਮੰਡੀਆਂ ਚਾਹੀਦੀਆਂ ਸੀਗੀਆਂ ਜਿਨ੍ਹਾਂ ਦਾ ਪੁੱਤ ਮਰਿਆ ਉਹ ਕਹਿ ਰਿਹਾ ਕਿ ਪੰਜਾਬ ਸਰਕਾਰ ਨੇ ਮਰਵਾਇਆ ਤੇ ਉਹਨਾਂ ਨੂੰ ਫੇਰ ਪਰਚਾ ਕਰ ਦੇਣਾ ਚਾਹੀਦਾ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਪਰਚੇ ਐ ਕੋਈ ਬੰਦਾ ਕੀ ਕਹਿ ਦਿੰਦਾ ਨਹੀਂ ਚਾਹੀਦਾ ਪਰਚੇ ਹੁੰਦੇ ਇਹਦੇ ਲਈ ਅਨਰਿਵਰਟੇਬਲ ਪ੍ਰਮਾ ਫਸ਼ਾਈ ਐਵੀਡੈਂਸ ਚਾਹੀਦਾ ਜਿਹੜਾ ਇਹ ਕੇਸਾਂ ਵਿੱਚ ਜੋ 7 ਸਾਲ ਦੇ ਬਹੁਤ ਲੰਬੀ ਐਕਸਰਸਾਈਜ਼ ਤੋਂ ਬਾਅਦ ਜਿਹੜੀ ਆ ਰਿਪੋਰਟ ਰਿਲੀਜ਼ ਹੋਈ ਆ ਉਹਨੇ ਸਾਫ਼ ਕਰ ਦਿੱਤਾ ਕਿ ਜੋ ਲੋਕ ਝੂਠ ਬੋਲਦੇ ਸੀ ਉਹ ਅਸਮਾਨ ਤੇ ਥੁੱਕਣ ਦੇ ਬਰਾਬਰ ਗੱਲ ਕਰਦੇ ਸੀ ਉਹਨਾਂ ਦੇ ਮੂੰਹ ਤੇ ਪਿਆ ਨਾਟ ਈਵਨ ਆਇਓਟਾ ਨਾਟ ਈਵਨ ਅ ਪਾਸਿੰਗ ਰੈਫਰੈਂਸ ਨਾਟ ਈਵਨ ਅ ਪਾਸਿੰਗ ਰੈਫਰੈਂਸ ਅਬਾਊਟ ਅਕਾਲੀ ਦਲ ਔਰ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਇਹ ਉਸ ਇਸ 467 ਪੇਜ ਦੀ ਰਿਪੋਰਟ ਚ ਨਾਟ ਓਨਲੀ ਦਿਸ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਚ ਕਮਿਸ਼ਨ ਦੀ ਚ ਕਿਤੇ ਹੈ ਕਿਤੇ ਵੀ ਉਹਨਾਂ ਨੇ ਗਿਲਟੀ ਕੀਤਾ ਹੋਵੇ ਈਵਨ ਕਮਰ ਵਿਜੇ ਪ੍ਰਤਾਪ ਵੀ ਕੋਸ਼ਿਸ਼ ਕਰਦਾ ਰਿਹਾ ਕਿੰਨੇ ਚਲਾਨ ਪੇਸ਼ ਕੀਤੇ ਉਹਨੇ ਜਦ ਵੀ ਕਿਹਾ ਉਹਦੀ ਉਹਨੇ ਕਿਹਾ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਮੈਂ ਹੋਰ ਚਲਾਨ ਪੇਸ਼ ਕਰੂੰ ਕੋਈ ਤਾਂ ਜ਼ਰੂਰਤ ਨਹੀਂ ਕਰ ਸਕਿਆ ਕਿਉਂਕਿ ਐਵੀਡੈਂਸ ਹੈ ਨਹੀਂ ਹੈ ਹਮੇਸ਼ਾ ਅਲਟੀਮੇਟਲੀ ਕੋਈ ਨਾ ਕੋਈ ਗੱਲ ਲੀਗਲ ਟਰਨੋਲੋਜੀ ਸਟੈਂਡ ਕਰਨ ਲਈ ਐਵੀਡੈਂਸ ਚਾਹੀਦਾ ਸੋ ਅੱਜ ਤੁਹਾਡੇ ਜ਼ਰੀਏ ਇੱਕ ਤਾਂ ਉਹ ਸਮੁੱਚੇ ਲੋਕਾਂ ਤੋਂ ਭਾਵੇਂ ਉਹ ਕਾਂਗਰਸ ਦੇ ਲੀਡਰ ਆ ਭਾਵੇਂ ਉਹ ਆਮ ਆਦਮੀ ਪਾਰਟੀ ਨਾਲ ਤਲਕ ਰੱਖਣ ਵਾਲੇ ਲੀਡਰ ਆ ਕਿ ਬਹੁਤ ਖੇਡ ਲਿਆ ਬਹੁਤ ਖੇਡ ਲਿਆ ਪਰ ਅਫਸੋਸ ਇਸ ਗੱਲ ਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਖੇਡੀ ਗਈ ਰਾਜਨੀਤੀ ਜਿਹੜੀ ਨਹੀਂ ਸੀ ਕਰਨੀ ਚਾਹੀਦੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਕ ਫੇਥ ਹੈ ਉਹ ਸਿੱਖਾਂ ਦਾ ਨਹੀਂ ਉਹ ਮਨੁੱਖਤਾ ਦਾ ਫੇਥ ਹੈ ਜਿਹੜੀ ਤੁਸੀਂ ਘਟੀਆ ਰਾਜਨੀਤੀ ਗੁਰੂ ਸਾਹਿਬ ਦੇ ਨਾਮ ਤੇ ਖੇਡੀ ਗੁਰੂ ਸਾਹਿਬ ਤੁਹਾਨੂੰ ਸਮਤ ਬਖਸ਼ਣ ਤੁਹਾਨੂੰ ਸਮਤ ਬਖਸ਼ਣ ਤੇ ਤੁਸੀਂ ਨੰਗੇ ਪੈਰੀ ਜਾ ਕੇ ਆਪਣੇ ਗੁਨਾਹਾਂ ਦਾ ਪਛਤਾਤਾ ਕਰੋ ਬਾਕੀ ਅਕਾਲੀ ਦਲ ਆਪਣੇ ਲੀਗਲ ਐਡਵਾਈਜ਼ਰਸ ਨਾਲ ਕੰਸਲਟ ਕਰਕੇ ਵੀ ਵਿਲ ਗੋ ਫਾਰ ਡੈਫਮੇਸ਼ਨ ਅਗੇਂਸਟ ਦੋਜ਼ ਲੀਡਰਸ ਦੋਜ਼ ਹੂ ਹੈਵ ਕ੍ਰੀਏਟਿਡ ਆਲ ਦਿਸ ਨਿਊਸੈਂਸ ਐਂਡ ਨੌਨਸੈਂਸ ਵਿਦਆਊਟ ਐਨੀਥਿੰਗ ਹੋਰ ਕਿਸੇ ਨੇ ਸਵਾਲ ਕਰਨਾ ਹੈ ਹਰੀਸ਼ ਜੀ ਵੀ ਆ ਗਏ ਨੇ ਇਹਨਾਂ ਦੀ ਵੀ ਰਿਪੋਰਟ ਥੋੜ੍ਹੇ ਪੜ੍ਹੀ ਹੋਈ ਹੈ ਕਿਸੇ ਨੇ ਸਵਾਲ ਕਰਨਾ ਤੁਸੀਂ ਆਪਣਾ ਦੱਸ ਸਕਦੇ ਹੋ ਇਸ ਇਸ਼ੂ ਤੇ ਕਿਸੇ ਨੇ ਵੀ ਕਰਨਾ ਇੱਕ ਮਿੰਟ ਜੀ ਆਏ ਨੇ ਇਹ ਵੀ ਪ੍ਰੈਸ ਕਾਨਫਰੰਸ ਦਾ ਹਿੱਸਾ ਨੇ ਆਪਣਾ ਇੱਕ ਵਿਊ ਦੇਣਾ ਖਾਸ